ਲੋਕ ਕੰਮ ਨੂੰ ਪਿਆਰ ਕਰਦੇ, ਜੰਮ ਨੂੰ ਪਿਆਰ ਨਹੀਂ ਕਰਦੇ। ਸੋ ਮੈਨੂੰ ਮਾਣ ਹੈ ਆਪਣੀ ਪਾਰਟੀ 'ਤੇ, ਮੈਨੂੰ ਮਾਣ ਹੈ ਆਪਣੇ ਗੁਰਦਾਸਪੁਰ ਲੋਕ ਸਭਾ ਦੇ ਲੋਕਾਂ 'ਤੇ। ਲੋਕ ਹੁਣ ਜਵਾਬ ਜ਼ਰੂਰ ਦੇਣਗੇ, ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹਨੇ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਸਾ ਪਾਇਆ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ, ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਮਚੇਅਰ ਸਿੰਘ ਜੀ ਸੈਰੀਕਲ ਸੀ ਜਿਹੜੇ ਆ, ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ। ਜੇ ਪਹਿਲਾਂ MP ਦੀ ਗੱਲ ਕੀਤੀ ਜਾਵੇ, ਮਨੋਜ ਖੰਨਾ ਜੀ ਦੀ ਗੱਲ ਕੀਤੀ ਜਾਵੇ, ਚਾਹੇ ਦੂਸਰੀਆਂ ਪਾਰਟੀਆਂ ਦੀ ਗੱਲ ਕੀਤੀ ਜਾਵੇ, ਬਾਹਰੋਂ ਉਮੀਦਵਾਰ ਜਿਹੜੇ ਆ ਉਹ ਉਤਾਰੇ ਜਾਂਦੇ ਸਨ। ਪਹਿਲੀ ਵਾਰ ਇਹ ਹੋਇਆ ਕਿ ਬਟਾਲਾ ਦੇ ਨਿਵਾਸੀ ਨੂੰ MP ਦੀ ਟਿਕਟ ਵਾਸਤੇ ਜਿਹੜੇ ਆ ਆਮ ਆਦਮੀ ਪਾਰਟੀ ਵੱਲੋਂ ਉਤਾਰਿਆ ਗਿਆ, ਕਿਸ ਤਰ੍ਹਾਂ ਦੇਖਦੇ? ਮੈਂ ਧੰਨਵਾਦ ਕਰਦਾ ਜੀ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਇਹ ਮਾਣ ਦੇ ਕੇ ਨਿਵਾਜਿਆ। ਔਰ ਮੈਂ ਇੱਕ ਗੱਲ ਕਹੂੰਗਾ ਗੁਰਦਾਸਪੁਰ ਲੋਕ ਸਭਾ ਦੇ ਲੋਕਾਂ ਨੂੰ, ਵੀ ਇੱਕ ਮੌਕਾ ਦੇ ਦਿਓ, ਜੇ ਚੰਗੇ ਕੰਮ ਕਰਾਂਗੇ ਤਾਂ ਅਗਲੀ ਵਾਰੀ ਵੋਟਾਂ ਪਾਓ, ਨਹੀਂ ਤਾਂ ਵੋਟ ਮੰਗਦੇ। ਇਲੈਕਸ਼ਨ ਦੇ ਵਿੱਚ ਕੀ ਮੁੱਦੇ ਰਹਿਣਗੇ? ਲੋਕਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ, ਕੰਢੀ ਏਰੀਆ ਵਾ, ਉਹਨੂੰ ਕਿਸ ਤਰੀਕੇ ਦੇ ਨਾਲ ਦੇਖੋ ਜੀ, ਮੈਂ ਦੱਸਣਾ ਚਾਹੁੰਦਾ ਹੁਣ ਤੱਕ ਮੁੱਦੇ ਰਹੇ ਨੇ। ਅੱਜ ਤੱਕ ਗੁਰਦਾਸਪੁਰ ਲੋਕ ਸਭਾ ਦਾ ਦੱਸੋ ਕਿੰਨੇ ਮੁੱਦਾ ਚੁੱਕਿਆ ਸੀ, ਲੋਕਾਂ ਨੇ ਹਰ ਵਾਰੀ ਜਿਤਾ ਕੇ ਭੇਜਿਆ, ਕਿੰਨੇ ਗੁਰਦਾਸਪੁਰ ਦੇ ਲੋਕਾਂ ਦੀ ਆਵਾਜ਼ ਚੁੱਕੀ, ਪਰ ਨਹੀਂ, ਹਰ ਵਾਰੀ ਗੁਰਦਾਸਪੁਰ ਵਾਲਿਆਂ ਨੂੰ ਲੱਗਾ ਵੀ ਸਾਨੂੰ ਠੱਗਿਆ ਮਹਿਸੂਸ ਕੀਤਾ। ਜੇ ਹੁਣ 5 ਸਾਲ ਨਿਕਲੇ ਨੇ ਆ BJP ਸਰਕਾਰ ਦੇ, ਦੱਸੋ ਕਿਸ ਮੂੰਹ ਨਾਲ BJP ਵੋਟ ਮੰਗੂ, ਕੀ ਕਹੂਗੀ, ਸਾਨੂੰ ਕਿਉਂ ਵੋਟ ਪਾਓ? ਸੋ ਕਹਿਣ ਦਾ ਭਾਵ, ਲੋਕ ਕੰਮ ਨੂੰ ਪਿਆਰ ਕਰਦੇ, ਜੰਮ ਨੂੰ ਪਿਆਰ ਨਹੀਂ ਕਰਦੇ। ਸੋ ਮੈਨੂੰ ਮਾਣ ਹੈ ਆਪਣੀ ਪਾਰਟੀ 'ਤੇ, ਮੈਨੂੰ ਮਾਣ ਹੈ ਆਪਣੇ ਗੁਰਦਾਸਪੁਰ ਲੋਕ ਸਭਾ ਦੇ ਲੋਕਾਂ 'ਤੇ, ਜਿਹੜੇ ਵੀ ਆਉਣ ਵਾਲਾ ਸਮਾਂ ਬੜੇ ਸੋਚ ਸਮਝ ਕੇ ਇਹ ਵੋਟ ਆਪਣੀ ਪਾਉਣਗੇ ਜੀ। ਜੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਆਉਂਦਿਆਂ ਹੀ ਤੁਹਾਨੂੰ ਜਿਹੜਾ ਵਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ, ਤੁਸੀਂ ਪਿੰਡਾਂ ਦੇ ਵਿੱਚ ਗਏ, ਲੋਕਾਂ ਦੇ ਗਲੀਆਂ ਤੱਕ ਗਏ, ਪੂਰੇ ਲੋਕ ਸਭਾ ਹਲਕੇ ਨੂੰ ਜਿਹੜਾ ਵਾ ਤੁਸੀਂ ਕਵਰ ਕੀਤਾ, ਕੀ ਇਹੀ ਕਾਰਨ ਆ ਕਿ ਪਾਰਟੀ ਨੇ ਤੁਹਾਨੂੰ ਮਾਣ ਬਖਸ਼ਿਆ? ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰਾ ਸਫ਼ਰ ਜਿਹੜਾ ਸ਼ੁਰੂ ਹੋਇਆ ਆਪਣੀ ਵਾਰਡ 'ਚੋਂ, ਵਾਰਡ 'ਚ ਮਿਹਨਤ ਕੀਤੀ, ਫਿਰ ਮੈਨੂੰ ਸਰਕਲ 'ਚ ਲਾਇਆ ਗਿਆ, ਫਿਰ ਸਰਕਲ ਤੋਂ ਬਾਅਦ ਮੈਨੂੰ ਯੂਥ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ, ਫਿਰ ਮੈਨੂੰ ਮੈਂ ਗਰਾਊਂਡ ਤੋਂ ਉੱਠਿਆ, ਜ਼ਮੀਨ ਤੋਂ ਉੱਠਿਆ। ਸੋ ਕਹਿਣ ਦਾ ਭਾਵ, ਇਹ ਜਿਹੜੀ ਸਾਡੀ ਪਾਰਟੀ ਹੈ, ਜਿਹੜਾ ਇੱਥੇ ਸਾਫ਼ ਨੀਅਤ ਨਾਲ ਔਰ ਜਿਹੜਾ ਪਾਰਟੀ, ਜਿਹੜਾ ਸਾਡੀ ਸੋਚ ਹੈ, ਸਾਡੀ ਸੋਚ ਇਹ ਹੈ ਵੀ ਚੰਗੇ ਸਕੂਲ ਬਣਾ ਕੇ ਦਈਏ, ਸਾਡੀ ਸੋਚ ਹੈ ਮੁਹੱਲਾ ਕਲੀਨਿਕ ਬਣਾ ਕੇ ਦਈਏ, ਸਾਡੀ ਸੋਚ ਇਹ ਹੈ ਵੀ ਵਧੀਆ ਹੋਸਪਿਟਲਾਂ ਨੂੰ ਵਧੀਆ ਆਪਾਂ ਕਰੀਏ, ਸਾਡੀ ਸੋਚ ਇਹ ਹੈ ਵੀ ਲੋਕਾਂ ਦੇ ਟੈਕਸ ਦਾ ਪੈਸਾ ਸਾਨੂੰ ਜਿਹੜਾ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਰਾਹਤ ਮਿਲੇ, ਚਾਹੇ ਉਹ ਬਿਜਲੀ ਦੇ ਬਿੱਲ ਵੱਲੋਂ ਹੋਵੇ ਜਾਂ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਿਸਾਨ ਸਾਡੇ ਬੜੇ ਵਿਚਾਰੇ ਬਿਜਲੀ ਪੱਖੋਂ ਬੜੇ ਦੁਖੀ ਹੁੰਦੇ ਸੀ, ਜਦੋਂ ਬੰਬੀਆਂ ਬੰਦ ਹੋਣੀਆਂ, ਬੱਤੀ ਬੰਦ ਹੋਣੀ, ਪਾਣੀ ਦਾ ਸਮਾਂ ਹੋਣਾ ਅਤੇ ਜਦੋਂ ਲਾਈਟ ਆਉਣੀ ਤਾਂ ਭੱਜਣਾ ਉਹਨਾਂ ਨੇ ਵੀ ਯਾਰ ਲਾਈਟ ਫਿਰ ਨਾ ਚਲੀ ਜਾਵੇ, ਮੋਟਰ ਚਲਾ ਲਓ। ਐਰ ਕੀ ਪਹਿਲੀ ਵਾਰੀ ਹੋਇਆ ਵੀ ਸਾਡੇ ਕਿਸਾਨ ਵੀਰਾਂ ਨੂੰ ਮੋਟਰਾਂ ਬੰਦ ਕਰਨੀਆਂ ਪਈਆਂ ਵੀ ਇੰਨੀ ਬਿਜਲੀ ਆਈ। ਸੋ ਕਹਿਣ ਦਾ ਭਾਵ, ਇਹ ਬੇਸਿਕਲੀ ਲੋਕਾਂ ਦੀਆਂ ਸਹੂਲਤਾਂ ਹੈ, ਇਹੋ ਲੋਕਾਂ ਦੀਆਂ ਸਹੂਲਤਾਂ ਨੂੰ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਵਾਂਗੇ ਔਰ ਮੈਨੂੰ ਆਸ ਹੈ ਵੀ ਉਹ ਜਿਹੜੇ ਵੀ ਇਸ ਕੰਮ ਨੂੰ ਜ਼ਰੂਰ ਫਤਵਾ ਦੇ। ਜੇ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਬਹੁਤ ਸਾਰੇ ਲੋਕਾਂ ਦੇ ਜਿਹੜੇ ਘਰ ਆ, ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਘਰ ਜਿਹੜੇ ਆ ਉਹ ਸੀਲ ਵੀ ਕੀਤੇ ਗਏ, ਪਰ ਫਿਰ ਨਸ਼ਾ ਜਿਉਂ ਦੀ ਤਿਉਂ ਚੱਲ ਰਿਹਾ। ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਨਸ਼ਾ ਜਿਹੜਾ ਹੈ ਇੱਕ ਪੰਜਾਬ ਦੇ ਵਿੱਚ ਵੀ ਮੈਂ ਕਹਿ ਸਕਦਾ, ਇਹ ਇਕੱਲਾ ਨਸ਼ਾ ਪੰਜਾਬ 'ਚ ਨਹੀਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹੈਗਾ, ਪਰ ਇੱਕ ਨਸ਼ਾ ਜਿਹੜਾ ਇਹ ਘੁਣ ਬਣ ਕੇ ਲੱਗਿਆ।
ਸਾਨੂੰ ਇਹਦੀ ਸੋਚ ਚੇਂਜ ਕਰਨੀ ਪੈਣੀ ਹੈ। ਦੇਖੋ ਇੱਥੇ ਤੁਸੀਂ ਆਪ ਹੀ ਦੱਸ ਰਹੇ ਹੋ ਵੀ ਕਈ ਨਸ਼ਾ ਤਸਕਰਾਂ ਦੇ ਘਰ ਵੀ ਸੀਲ ਕੀਤੇ ਗਏ ਨੇ। ਇਹ ਨਸ਼ਾ ਸਾਡੇ ਗੁਰਦਾਸਪੁਰ ਹੈ, ਆਪਣਾ ਬਾਰਡਰ ਏਰੀਆ ਸਾਡਾ ਜੀ। ਸਾਡਾ ਇਹ ਜਿਹੜਾ ਨਸ਼ਾ ਹੈ, ਪਹਿਲਾਂ ਤਾਂ ਤਾਰਾਂ ਦੇ ਨਾਲੋਂ ਕਰੋਸਿੰਗ ਹੁੰਦੀ ਸੀ, ਅੱਜ ਕੱਲ੍ਹ ਡਰੋਨ ਚੱਲਦੇ ਨੇ, ਉੱਤੋਂ ਹੀ ਆਉਂਦੇ ਨੇ। ਉਹ ਸਿਲੈਕਟ ਹੀ ਕਰਨਾ ਬਸ ਕਿਹਦੇ ਕਿੱਥੇ ਜਾ ਕੇ ਉਹਨੇ ਉਤਰਨਾ ਵਾ, ਅਤੇ ਉਹ ਉਤਰ ਕੇ ਅਤੇ ਫਿਰ ਲਾ ਕੇ ਅਤੇ ਆਪਣਾ ਕੰਮ ਕਰਦਾ। ਸੋ ਇਹ ਜਿਹੜੇ ਗਲਤ ਅੰਸਰ ਨੇ, ਜਿਉਂ ਜਿਉਂ ਜਿਸ ਤਰ੍ਹਾਂ ਗੁਰੂਆਂ ਪੀਰਾਂ ਦਾ ਜਨਮ ਹੋਇਆ ਸਾਡਿਆਂ ਦਾ, ਜਿਉਂ ਜਿਉਂ ਅੱਛਿਆਈ ਚੱਲੀ ਹੈ, ਬੁਰਾਈ ਵੀ ਚੱਲੀ ਨਾਲੋਂ ਨਾਲ। ਪਰ ਇਹ ਜਿਹੜਾ ਮੈਂ ਹੁਣ ਦੱਸਣ ਲੱਗਾ ਵੀ ਆਪਾਂ ਹੁਣ ਨੇਕ ਸੋਚ ਲੈ ਕੇ ਕੰਮ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਬੁਰਾਈ, ਇਹ ਨਹੀਂ ਕਹਿੰਦੇ ਵੀ ਬੁਰਾਈ ਹੈ ਨਹੀਂ, ਬੁਰਾਈ ਹੈਗੀ, ਗਲਤ ਅੰਸਰ ਹੈਗੇ ਨੇ ਜਿਹੜੇ ਚਾਹੁੰਦੇ ਨੇ ਪੰਜਾਬ ਨੂੰ ਢਾਹ ਲਾਈ ਜਾਵੇ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਇਹਦੇ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਗਰਾਊਂਡਾਂ ਵਧੀਆ ਕਰ ਰਹੇ ਹਾਂ ਵੀ ਸਾਡੇ ਬੱਚੇ ਇਹਨਾਂ ਦੇ ਵਿੱਚੋਂ ਕੋਈ ਵਧੀਆ ਖੇਡੇ ਮੱਲੇ, ਕੋਈ ਦੇਸ਼ ਲੈਵਲ 'ਤੇ ਪਲੇਅਰ ਬਣੇ। ਜਦੋਂ ਪਲੇਅਰ ਬਣੂਗਾ ਨੈਚੁਰਲੀ ਫਿਰ ਬੱਚਿਆਂ ਦਾ ਰੁਝਾਨ ਇੱਕ ਤਰਫ ਆ ਜਾਊਗਾ। ਸੋ ਲੱਗੇ ਹਾਂ, ਬੜੇ ਢੰਗ ਨਾਲ ਕੰਮ ਕਰ ਰਹੇ ਹਾਂ, ਇਹਦਾ ਵੀ ਨਤੀਜਾ ਤੁਹਾਨੂੰ ਬਹੁਤ ਜਲਦ ਜਿਹੜਾ ਉਹ ਵੇਖਣ ਨੂੰ ਆਊਗਾ। ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ, ਬੀਜੇਪੀ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ, ਭਾਵੇਂ ਭਗਵੰਤ ਮਾਨ ਸਰਕਾਰ ਵੱਲੋਂ ਮੀਟਿੰਗਾਂ ਕਰਵਾਈਆਂ ਗਈਆਂ, ਲੇਕਿਨ ਬੇਸਿੱਟਾਂ ਰਹੀਆਂ। ਬਿਲਕੁਲ ਜੀ, ਦੇਖੋ ਜੀ, ਮੈਂ ਤੁਹਾਨੂੰ ਉਹ ਗੱਲ ਦੱਸਾਂ, ਇਨਸਾਨ ਕੋਸ਼ਿਸ਼ ਕਰ ਸਕਦਾ। ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇਹਨੂੰ ਹਰ ਪਹਿਲੂ 'ਤੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਦਾ ਸਿੱਟਾ ਨਹੀਂ ਨਿਕਲਿਆ। ਉਹਦਾ ਨਤੀਜਾ ਜਿਹੜਾ ਤੁਹਾਡੇ ਸਾਹਮਣੇ, ਲੋਕ ਦੁਖੀ ਨੇ, ਪਿੰਡਾਂ ਦੇ ਵਿੱਚ ਲੋਕ ਦੁਖੀ ਨੇ, ਸ਼ਹਿਰਾਂ ਦੇ ਵਿੱਚ ਲੋਕ ਦੁਖੀ ਨੇ। ਜਾਂਦੇ ਹਾਂ ਲੋਕਾਂ 'ਚ, ਦੱਸਦੇ ਨੇ ਵੀ ਪਹਿਲਾਂ ਇੰਨੇ ਦਾ ਸਿਲੰਡਰ ਸੀ, ਅੱਜ ਇੰਨੇ ਦਾ ਮਿਲ ਰਿਹਾ, ਇੰਨੇ ਨੂੰ ਪੈਟਰੋਲ ਸੀ, ਅੱਜ ਇੰਨੇ ਮਿਲ ਰਿਹਾ। ਸੋ ਕਹਿਣ ਦਾ ਭਾਵ, ਮਹਿੰਗਾਈ ਦਾ ਕਦਰ ਜਿਹੜੀ ਹੈ, ਦਰ ਕਦਰ ਬਹੁਤ ਵਧੀ ਹੈ। ਸੋ ਲੱਗੇ ਆ, ਦੇਖੋ ਲੋਕ ਹੁਣ ਜਵਾਬ ਜ਼ਰੂਰ ਦੇਣਗੇ। ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹਨੇ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਸਾ ਪਾਇਆ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਾ ਕੇ ਵੇਖ ਲਓ, ਵਾਰਡਾਂ ਦੇ ਵਿੱਚ ਜਾ ਕੇ ਵੇਖ ਲਓ। ਹਰ ਵਾਰਡ ਦੇ ਵਿੱਚੋਂ ਮੈਨੂੰ ਜੋ ਲੱਗਦਾ ਵੀ 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਆ। ਸੋ ਲੋਕਾਂ ਦੇ ਟੈਕਸ ਦਾ ਪੈਸਾ ਹੀ ਲੋਕਾਂ ਦੀ ਜੇਬ 'ਚ ਹੀ ਬਚਾਇਆ, ਪਹਿਲੀਆਂ ਸਰਕਾਰਾਂ ਨੇ ਲੋਕਾਂ ਦੀਆਂ ਜੇਬਾਂ 'ਚੋਂ ਕਢਾਇਆ ਹੀ ਹੈ। ਸੋ ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕਾਂ ਦਾ ਫਾਇਦਾ ਕਰ। ਜੇ ਗੱਲ ਕੀਤੀ ਜਾਵੇ ਬਟਾਲਾ ਸ਼ਹਿਰ ਦੀ, ਤਾਂ ਨੁਹਾਰ ਬਦਲੀ ਹੋਈ ਨਜ਼ਰ ਆ ਰਹੀ ਆ, ਹੁਣ ਜ਼ਿੰਮੇਵਾਰੀ ਤੁਹਾਡੀ ਹੋਰ ਵੱਧ ਗਈ ਆ, ਜ਼ਿਲ੍ਹੇ ਦੀ ਜ਼ਿੰਮੇਵਾਰੀ ਹੋ ਗਈ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਮੈਂ ਦੱਸਣਾ ਚਾਹੁੰਦਾ, ਅੱਗੇ ਬਟਾਲੇ ਵਾਲਿਆਂ ਨੇ ਜ਼ਿੰਮੇਵਾਰੀ ਲਾਈ ਸੀ, ਰਾਤ ਦਿਨ ਮਿਹਨਤ ਕੀਤੀ, ਜ਼ਿੰਮੇਵਾਰੀ ਅਦਾ ਕਰ ਰਹੇ ਹਾਂ। ਹਾਲੇ ਤਾਂ ਕੰਮ ਆਪ ਬੋਲਣਾ ਸ਼ੁਰੂ ਹੋਇਆ। ਮੈਨੂੰ ਖੁਸ਼ੀ ਹੁੰਦੀ ਜਦੋਂ ਮੇਰੇ ਲੋਕ ਦੱਸਦੇ ਨੇ, ਜਾਂ ਜਦੋਂ ਕੋਈ ਹੁੰਦਾ ਨਾ ਸਾਲ ਕੁ ਬਾਅਦ ਕੋਈ NRI ਵੀਰ ਬਾਹਰੋਂ, ਉਹ ਦੱਸਦਾ ਵੀ ਯਾਰ ਅੱਗੇ ਇਸ ਤਰ੍ਹਾਂ ਹੀ ਅੱਗੇ ਆ, ਮੈਨੂੰ ਲੋਕ ਦੱਸਦੇ ਨੇ, ਹੁਣ ਕੰਮ ਬੋਲਣਾ ਸ਼ੁਰੂ ਹੋਇਆ। ਹਾਲੇ ਤਾਂ ਕੰਮ ਹੋਇਆ ਹੀ ਨਹੀਂ। ਮੈਂ ਅੱਗੇ ਵੀ ਕਹਿੰਦਾ ਸੀ ਬਟਾਲੇ ਦੇ ਲੋਕਾਂ ਨੂੰ, ਤੁਸੀਂ ਮੌਕਾ ਦਿੱਤਾ, ਬਟਾਲੇ ਨੂੰ ਬਦਲਾਂਗੇ, ਨਕਸ਼ਾ ਬਦਲਾਂਗੇ। ਮੈਂ ਕਹਿੰਦਾ ਸੀ ਬਦਲਾਅ ਆਊਗਾ, ਤੁਹਾਡੇ ਸਾਹਮਣੇ ਆ, ਤੁਸੀਂ ਲੰਘਦੇ ਆਏ ਹੀ ਹੋ, ਤੁਹਾਨੂੰ ਫਰਕ ਆਪ ਨਜ਼ਰ ਆਇਆ ਹੋਊਗਾ। ਸੋ ਕਹਿਣ ਦਾ ਭਾਵ, ਇਹ ਜਿਹੜਾ ਕੰਮ ਹੈ, ਅਸੀਂ ਮਕਾਨ ਵੀ ਸ਼ੁਰੂ ਕਰਦੇ ਹਾਂ ਨਾ, ਅਤੇ ਉਹਨੂੰ ਵੀ 3 ਸਾਲ ਲੱਗ ਜਾਂਦੇ, ਫਿਰ ਸ਼ਹਿਰ ਦਾ ਕੰਮ, ਹਲਕੇ ਦਾ ਕੰਮ ਆ। ਸੋ ਲੱਗੇ ਹਾਂ, ਸਾਫ਼ ਨੀਅਤ ਨਾਲ ਕੰਮ ਕਰ ਰਹੇ ਹਾਂ। ਠੀਕ ਹੈ ਜੀ। ਇਹ ਸਨ ਅਮਨ ਸ਼ੇਰ ਸਿੰਘ ਜੀ ਸ਼ੈਰੀਕਲ ਸੀ, ਜੋ ਬਟਾਲੇ ਤੋਂ ਵਿਧਾਇਕ ਹੁੰਦੇ ਅਤੇ ਹੁਣ ਲੋਕ ਸਭਾ ਲਈ ਉਮੀਦਵਾਰ ਗੁਰਦਾਸਪੁਰ ਤੋਂ ਐਲਾਨੇ ਗਏ। ਕੈਮਰਾਮੈਨ ਸੁਨੀ ਦੇ ਨਾਲ ਸਰਵਨ ਸਿੰਘ ਕੁਮਾਰ, ਬਟਾਲਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ ਵਟਸਐਪ ਚੈਨਲ ਪਰ।